ਔਰ ਮੈਂ ਕਿਹਾ ਭਲੀਏ ਲੋਕੇ, ਉਹ ਹਮੀਦ ਦੇ ਮੁੰਡੇ ਦਾ ਹੁਣ ਵਿਆਹ ਵਾ ਤੇ ਉਹ ਸਾਡੇ ਵਿਆਹ ਦੇ ਉੱਤੇ ਤੇ 500 ਪਾ ਕੇ ਗਏ ਸੀਗੇ ਤੇ ਆਪਾਂ ਕਿੰਨੀ ਸਲਾਮੀ ਪਾ ਦਈਏ। 500 ਪਾ ਕੇ ਗਏ ਤੇ ਤੁਸੀਂ ਵਾਅਦਾ ਕਰ ਦਿਓ ਨਹੀਂ ਤੂੰ ਕਿੱਧਰ ਛਾਲਾ ਮਾਰਦੀ ਫਿਰਨੀ ਹੈ ਤਿਆਰ ਸ਼ਹਿਰ ਹੋ ਕੇ। ਮਾਂ ਜੀ ਬਨੇਰੇ ਤੇ ਕਾਂ ਬੋਲਿਆ ਨਾ ਤੇ ਅੱਜ ਮੈਨੂੰ ਪੱਕਾ ਯਕੀਨ ਹੈ ਕਿ ਉਹ ਮੇਰਾ ਮੁਕਲਾ ਵਾਲਣ ਜ਼ਰੂਰ ਆਣਗੇ। ਧੀਏ ਕਾਵਾਂ ਤੇ ਯਕੀਨ ਨਹੀਂ ਕਰੀਦਾ ਹੁੰਦਾ, ਕਾਂ ਤੇ ਬੋਲਦੇ ਹੀ ਰਹਿੰਦੇ ਨੇ। ਉਹ ਕਾਂ ਭੁੱਖਾ ਹੋਣਾ, ਭੋਰਾ ਰੋਟੀ ਪਾ, ਹੁਣੇ ਹੀ ਚੁੱਪ ਕਰ ਜਾਏਗਾ, ਕਾਂ ਦੀ ਕਿਹੜੀ ਗੱਲ ਹੈ। ਤੇਰਾ ਪਿਓ ਤੇ ਪੂਰੇ 1 ਸਾਲ ਬਾਅਦ ਮੇਰਾ ਮਕਲਾਵਾ ਲੈਣ ਆਇਆ ਸੀ, ਤੈਨੂੰ ਤੇ ਹਾਲੇ ਹੋਏ 6 ਮਹੀਨੇ ਨੇ। ਅੱਛਾ ਜੀਜੂ ਆ ਰਹੇ ਨੇ, 6 ਮਹੀਨੇ ਲਾਤੇ ਉਹਨਾਂ ਨੇ ਆਉਂਦੇ ਆਉਂਦੇ ਆ। ਉਹ ਮੇਰਾ ਜਦੋਂ ਮਕਲਾਵਾ ਸੀ ਨਾ, ਮੈਂ ਤੇ ਤੇਰੀ ਭਾਬੀ ਨੂੰ ਨਾਲ ਹੀ ਲਿਆਇਆ ਸੀ। ਆਹੋ ਉਦੋਂ ਦੀ ਮੈਂ ਆਈ ਆ, ਹਾਲੇ ਤੱਕ ਮੈਨੂੰ ਮਾਪਿਆਂ ਦੇ ਜਾਣ ਨਹੀਂ ਦਿੱਤਾ। ਹਾਲਾਂਕਿ ਮੈਂ ਤੇ ਰੋਜ਼ ਦੁਆਵਾਂ ਕਰਦਾ ਕਿ ਸਵੇਰੇ ਚਲੀ ਜਾਵੇ। ਉਹ ਜਦੋਂ ਇੰਨਾ ਬਣ ਠਣ ਕੇ ਰਹਿੰਦੀ ਆ ਕਿਤੇ ਮਾਪਿਆਂ 'ਚ ਚੱਕਰ ਲਾ ਆਇਆ ਕਰ, ਮੇਰੀ ਜਾਨ ਹੀ ਨਹੀਂ ਛੱਡਦੀ, ਮੈਂ ਕਿਤੇ ਮਿੱਟੀ ਖਾਂਦਾ। ਜਦੋਂ ਵੇਖ ਲਓ ਮੇਰੇ ਪਿੱਛੇ ਤੇ ਉਹ ਇੱਕ ਦੇਖ ਲਓ ਜੀਜੂ ਆ, 6 ਮਹੀਨੇ ਹੋ ਗਏ ਆ, ਉਹ ਪਤਾ ਨਹੀਂ ਆਪਣਾ ਇਲਾਜ ਕਰਾਉਣ ਡਿਆ ਖਾਰਸ਼ ਦਾ। ਆ ਜਾ ਯਾਰ ਆ ਜਾ, ਕਿੱਥੇ ਰਹਿ ਗਿਆ ਸੀ ਤੂੰ, ਉਹ ਤੈਨੂੰ ਉਡੀਕਦਿਆਂ ਤੇ 6 ਮਹੀਨੇ ਲੰਘ ਗਏ ਨੇ। ਕਿਹਾ ਸੀ ਨਾ ਜਦੋਂ ਬਨੇਰੇ ਤੇ ਕਾਂ ਬੋਲੇ ਤੇ ਦਿਲਾਂ ਦੇ ਜਾਨੀ ਆ ਹੀ ਜਾਂਦੇ ਨੇ। ਕਾਂ ਨਾ ਹੋਇਆ ਤੇਰਾ ਮੁਰਸ਼ਦ ਹੀ ਹੋ ਗਿਆ। ਕਿੱਥੇ ਨੇ ਕਾਂ ਜੀ, ਮੈਂ ਵੀ ਉਹਨਾਂ ਦਾ ਮਰੀਦ ਹੋਣਾ, ਕਿਉਂਕਿ ਮੈਂ ਵੀ 6 ਮਹੀਨੇ ਕਿਸੇ ਨੂੰ ਭੇਜਣਾ ਚਾਹੁੰਦਾ। ਬਿਸਮਿਲਾ ਬਿਸਮਿਲਾ ਜੀ ਆਇਆਂ ਨੂੰ, ਵਾਹ ਬਈ ਵਾਹ। ਓਏ ਕੁੜੀਓ, ਉਹ ਕੋ ਦੇਸੀ ਚੂਚਾ ਭੁੰਨੋ, ਉਹ ਪੂਰੇ ਪਿੰਡ ਨੂੰ ਪਤਾ ਲੱਗਣਾ ਚਾਹੀਦਾ ਵੀ ਲਾਲ ਟੈਨ ਦਾ ਜਵਾਈ ਆਇਆ ਹੈ ਤੇ ਦੇਸੀ ਚੂਚਾ ਭੁੰਨੋ ਕੋਈ। ਦੇਸੀ ਘਿਓ ਚ? ਹਾਂ ਹਾਂ ਦੇਸੀ ਘਿਓ ਦੇ ਵਿੱਚ, ਤੇ ਨਾਲੇ ਮਿੱਠਾ ਵੀ ਕੋਈ ਬਣਾ ਲੈਣਾ। ਉਹ ਵੀ ਦੇਸੀ ਘਿਓ? ਹਾਂ ਹਾਂ ਸਾਰਾ ਕੁਛ ਦੇਸੀ ਘਿਓ ਜੀ ਪਕਾਉਣਾ, ਰੋਟੀਆਂ ਚੋਪੜੀਆਂ ਹੀ। ਹਾਂ ਕਿਉਂ ਨਹੀਂ, ਵਾਹ ਬਈ ਵਾਹ, ਕਮਾਲ ਕਰਤੀ ਬਈ ਤੂੰ ਤੇ। ਤੇ ਵਾਵਾ ਸਾਰਾ ਪਕਾਉਣਾ ਮੈਂ, ਖੁਸ਼ ਖੁਰਾਕ ਹਾਂ। ਹਾਂ ਹਾਂ ਕਿਉਂ ਨਹੀਂ ਕਿਉਂ ਨਹੀਂ, ਇਹ ਕਿਹੜੀ ਗੱਲ ਹੈ। ਔਰ ਤੁਸੀਂ ਹੁਣ ਕੋਈ ਬਿਸਤਰੇ ਬੁਸਤਰੇ ਤੇ ਨਵੇਂ ਕੱਢੋ, ਤੇ ਤੁਸੀਂ ਇਸ ਤਰ੍ਹਾਂ ਕਰੋ ਵੀ ਤੁਸੀਂ ਆਪਣੀਆਂ ਮੰਜੀਆਂ ਛੱਤ ਤੇ ਡਾਲੋ ਤੇ ਤੁਹਾਡੇ ਵਾਲਾ ਕਮਰਾ ਹੁਣ ਇਹਨੂੰ ਦਿੰਨੇ ਆ, 2-4 ਦਿਨ ਤੇ ਪਰੌਣਾ ਇੱਥੇ ਰਹੇਗਾ ਨਾ। ਅੱਬਾ ਜੀ ਮੇਰੇ ਵਾਲਾ ਕਮਰਾ ਇਹਨਾਂ ਨੂੰ ਕਿਉਂ ਦੇਣਾ, ਉੱਥੇ ਜਿੰਨ ਰਹਿੰਦੇ ਨੇ, ਇੱਕੋ ਹੀ ਚੜੇ ਲਓ ਮੇਰੇ ਨਾਲ। ਉਹ ਚਲੋ ਚਲੋ ਜਿਹੜੀ ਮੈਂ ਗੱਲ ਕਹਿਣ ਡਿਆ, ਆ ਪੁੱਤ ਇੱਥੇ ਬੈਠ, ਤੂੰ ਇੱਧਰ ਆ ਮੇਰਾ ਪੁੱਤ, ਆ ਬੈਠੋ ਬੈਠੋ। ਵਾਹ ਬਈ ਵਾਹ, ਮਾਸ਼ਾਅੱਲਾ ਮਾਸ਼ਾਅੱਲਾ। ਹੈਂ ਬਈ ਤੂੰ ਤੇ ਆਉਂਦੇ ਆਉਂਦੇ ਆ 6 ਮਹੀਨੇ ਲਾਤੇ, ਖੈਰ ਤੇ ਆਇਆ ਸੀ। ਮੈਂ ਅਸਲ 'ਚ ਨਾ ਜੀ ਉਹ ਜੇਲ੍ਹ, ਮਤਲਬ ਕਿ ਜਿਹੜਾ ਮਜ਼ਦੂਰ ਆ ਨਾ ਜੀ, ਹਾਂ ਉਹਦੇ ਵਾਸਤੇ ਜੇਲ੍ਹ ਹੀ ਆ ਜੀ, ਦਰ ਦਰ ਦੇ ਧੱਕੇ ਖਾਣੇ, ਮਜ਼ਦੂਰੀਆਂ ਕਰਨੀਆਂ। ਹਾਂਜੀ 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 ਬਿਲਕੁਲ ਸਹੀ ਗੱਲ। ਹਾਂਜੀ ਮੇਰੀ ਗੱਲ ਸੁਣੋ, ਤੁਸੀਂ ਘਰ 'ਤੇ ਗੌਰ ਕਰੋ। ਨੋ ਮੇਰੀ ਨੇ ਰੋਜ਼ ਦਿਹਾੜੀ ਮੇਰਾ ਸਿਰ ਖਾਧਾ ਹੁੰਦਾ ਹੈ, ਉਹ ਕਹਿੰਦੀ ਹੈ 6 ਮਹੀਨੇ ਹੋ ਗਏ ਨੇ ਜਵਾਈ ਬੂਹੇ 'ਤੇ ਬੈਠਾ ਹੈ, ਇਹਨੂੰ ਤਾਂ ਕੱਢੋ ਇੱਥੋਂ। ਮੈਂ ਤਾਂ ਆਪ ਬੜਾ ਪਰੇਸ਼ਾਨ ਹਾਂ, 6 ਮਹੀਨੇ ਹੋ ਗਏ ਨੇ, ਉਹ ਹੁਣ ਤਾਂ ਨਾਈ ਨੇ ਵੀ ਮੈਨੂੰ ਉਲਾਮਾ ਦਿੱਤਾ। ਉਹ ਕਹਿੰਦਾ ਚਾਚਾ ਜੀ ਉਹ ਵੇਖੋ ਤੁਹਾਡਾ ਜਵਾਈ ਜਿਹੜਾ
ਉਹ ਖਤ ਵੀ ਕਰਾਈ ਜਾਂਦਾ, ਇੱਥੇ ਆ ਕੇ ਨਹਾਈ ਵੀ ਜਾਂਦਾ, ਵਾਲ ਵੀ ਕਟਾਉਂਦਾ ਅਤੇ ਪੈਸੇ ਵੀ ਇੱਕ ਨਹੀਂ ਦੇ ਕੇ ਜਾਂਦਾ। ਦੱਸੋ ਹੁਣ ਮੈਂ ਕੀ ਕਰਾਂ, ਮੈਂ ਤਾਂ ਆਪ ਬੜਾ ਪਰੇਸ਼ਾਨ ਹਾਂ। ਮੈਨੂੰ ਨਹੀਂ ਪਤਾ, ਮੇਰਾ ਕਮਰਾ ਖਾਲੀ ਕਰਾ ਕੇ ਦਿਓ, ਮੈਂ ਨਹੀਂ ਸੋਣਾ ਸੁਣਾ ਛੱਤ 'ਤੇ, ਉੱਤੇ ਏਡਾ ਏਡਾ ਵੱਡਾ ਮੱਛਰ ਲੜਦਾ ਦੇਖ, ਸਾਰੇ ਮੇਰੇ ਨਿਸ਼ਾਨ ਪੈ ਗਏ ਮੱਛਰ ਲੜ ਲੜ ਕੇ, ਮੈਂ ਵਿਚਾਰੀ ਆ ਨਿੰਮ ਥੱਲੇ ਪਈ ਰਹਿੰਦੀ ਹਾਂ। ਸਗੋਂ ਚੰਗੀ ਗੱਲ ਆ, ਤੂੰ ਨਿੰਮ ਥੱਲੇ ਪੈਂਦੀ ਆ, ਉਹ ਤੇਰੇ ਫੋੜੇ ਫਿਨਸੀਆਂ ਨਹੀਂ ਨਿਕਲਣਗੇ। ਕਮਰਾ ਵਿਹਲਾ ਕਰਾ ਦੇ, ਮੈਂ ਪੱਲੇਦਾਰ ਹਾਂ, ਉਹ ਜਿੰਨੀ ਤੂੰ ਅੱਕੀ ਓਨਾ ਹੀ ਮੈਂ ਅੱਕੇ ਹਾਂ, ਮੇਰਾ ਤਾਂ ਵੱਸ ਨਹੀਂ ਚੱਲਦਾ ਮੈਨੂੰ ਕਿਹੜੇ ਟਾਈਮ ਭੇਜ ਦੇਵਾਂ। ਉਹ ਆ ਕਰਿਆਨੇ ਵਾਲਾ ਆਇਆ ਸਵੇਰੇ, ਉਹ ਮੇਰੇ ਕੋਲ 3700 ਰੁਪਈਆ ਲੈ ਗਿਆ। ਉਹ ਕਾਹਦਾ? ਉੱਥੋਂ ਭੁੱਜੇ ਛਣੇ ਖਾਂਦਾ, ਛੁਹਾਰੇ ਖਾਂਦਾ, ਹੈ ਸਿਗਟਾਂ ਪੀਂਦਾ, ਹਾਫ ਲੀਟਰ ਬੋਤਲ ਪੀਂਦਾ, ਰੈਗੂਲਰ ਨਾਲ ਗੁਜ਼ਾਰਾ ਹੀ ਨਹੀਂ ਹੁੰਦਾ ਭਾਈ ਸਾਹਿਬ ਦਾ। ਚੰਗਾ ਪੜਵਈਆ ਟੱਕਰਿਆ, ਜੇ 6 ਮਹੀਨਿਆਂ ਬਾਅਦ ਆਇਆ ਵਾ ਤੇ ਸਾਡੀ ਆ ਪੱਤ ਰੋਲ ਦਿੱਤੀ ਇਹਨੇ। ਉਹ ਜਦੋਂ ਪੱਖਾ ਚੱਲਦਾ ਨਾ, ਮੇਰਾ ਦਿਲ ਤੇ ਚੁਰੀਆਂ ਚੱਲਦੀਆਂ। ਇਸ ਵਾਸਤੇ ਨਹੀਂ ਸੀ ਮੈਂ ਪੈਸੇ ਜੋੜ ਜੋੜ ਕੇ ਪੱਖਾ ਲਵਾਇਆ, ਕਿ ਦੋਨੇ ਜੀ ਜੋੜੇ ਹੋ ਕੇ ਥੱਲੇ ਲੰਮੇ ਪੈਣ। ਉਹ ਝੂਠੀਏ, ਉਹ ਖੁਦਾ ਦਾ ਖੌਫ ਕਾ, ਤੂੰ ਮਰਨਾ ਨਹੀਂ, ਉਸ ਜ਼ਮਾਨੇ ਦੀ ਹੈ ਝੂਠੀਏ। ਮੈਂ ਤੇ ਹੁਣ ਵੇਖ ਕੇ ਆਇਆ, ਹੈਂ ਬਾਜੀ ਐ ਨੂੰ ਪਾਸਾ ਲੈ ਕੇ ਪਈ ਆ, ਜੀਜੂ ਐ ਨੂੰ ਪਾਸਾ ਲੈ ਕੇ ਪਿਆ, ਉਹ ਤੇ ਤੇਰੇ ਪੱਖੇ ਦੀ ਹਵਾ ਸਾਰੀ ਸੈਂਟਰ 'ਚ ਵੱਜਣ ਡਈ ਹੈ, ਐਵੇਂ ਬਿਜਲੀ ਜ਼ਾਇਆ ਕਰਨ ਡਿਆ ਆ। ਇਹਨਾਂ ਦੀ ਵਜ੍ਹਾ ਤੋਂ ਪਾਕਿਸਤਾਨ ਦੇ ਵਿੱਚ ਲੋਡ ਸ਼ੂਟਿੰਗ ਹੋਣ ਡਈ ਆ, ਝੂਠੀਏ। ਸ਼ਰਮ ਤਾਂ ਨਹੀਂ ਆਉਂਦੀ ਭੈਣ ਦੇ ਕਮਰੇ 'ਚ ਝਾਤੀਆਂ ਮਾਰਦੇ ਨੂੰ? ਖੁਦਾ ਦਾ ਖੌਫ ਖਾ, ਤੂੰ ਮਰਨਾ ਵੀ ਆ, ਮਰਨਾ ਵੀ ਆ, ਤੂੰ ਇਹ ਵੀ ਗੱਲ ਜ਼ਿਹਨ ਦੇ ਵਿੱਚ ਰੱਖ, ਝੂਠੀਏ ਜ਼ਮਾਨੇ ਦੀਏ, ਉਹ ਭੈਣ ਵੀ ਮੇਰੀ ਤੇ ਝਾਤੀ ਵੀ ਮੇਰੀ। ਤੌਬਾ ਯਾ ਅੱਲਾ ਤੌਬਾ, ਤੂੰ ਝੂਠੀ, ਤੇਰੀ ਮਾਂ ਝੂਠੀ, ਤੁਹਾਡਾ ਖਾਨਦਾਨ ਝੂਠਾ। ਉਹ ਝੂਠੀਏ, ਕੱਲ ਨੂੰ ਤੂੰ ਬਿਲੇ ਕੰਡੇ ਵੀ ਲੱਗਣਾ ਕਿਤੇ, ਛੱਡ ਦੇ ਝੂਠ। ਪਹਿਲੇ ਮੇਰੀ ਮਾਂ ਦੇ ਦੁਆਲੇ ਸੀ, ਕਿਉਂ ਬੜਾ ਮੈਕਅਪ ਕਰਦੀ ਆ, ਜੇ ਮਾਂ ਤੋਂ ਹੱਥ ਚੰਗੀ ਤੇ ਮੇਰੀ ਭੈਣ ਧਰਾ ਲਈ, ਤੇਰਾ ਥੇ ਹੋ ਜਾਣਾ ਈ। ਜੋ ਮਰਜ਼ੀ ਕਰ ਲਾ, ਜੋ ਮਰਜ਼ੀ ਮੈਨੂੰ ਕਹਿ, ਝੂਠੀ ਕਹੀ ਜਾ, ਲੇਕਿਨ ਅੱਜ ਮੈਂ ਅੰਮੀ ਅੱਬੇ ਨਾਲ ਗੱਲ ਕਰਨੀ ਕਰਨੀ ਆ, ਮੈਨੂੰ ਤਾਂ ਝੂਠੀ ਝੂਠੀ ਕਹੀ ਜਾਣਾ। ਆਪ ਕੀ ਆ ਤੂੰ? ਕਹਿ ਦੇ ਮੈਂ ਬਿਮਾਰ ਆ, ਆ ਬੂਆ ਖੋਲ ਕੇ ਬਾਹਰ ਜਾ ਕੇ ਮਹੱਲੇ 'ਚ ਖੱਪ ਪਾ ਕੇ ਮੇਰਾ ਬੰਦਾ ਬਿਮਾਰ ਆ। ਉਹ ਝੂਠੀਏ, ਟਕਿਆਰਾ ਟਕਿਆਰਾ, ਅਮੀ ਮੂੰਹ ਨਾ ਖਿਲਾ ਦੀ ਮੇਰਾ, ਚੱਲ ਚੱਕ ਮੰਜਾ ਉੱਠ, ਅੰਮੀ ਕੋ ਚੱਲੀਏ। ਚੁੱਕਣ ਨਹੀਂ ਲੱਗਾ, ਹਮੇਸ਼ਾ ਅੱਲਾ ਦੇ ਘਰ ਦੇ ਵਿੱਚ ਨੇਕ ਔਰਤਾਂ ਉਹ ਆ ਜਿਹੜੀਆਂ ਬੰਦੇ ਦਾ ਪਰਦਾ ਰੱਖਦੀਆਂ, ਕੋਈ ਨਹੀਂ ਵਾਧੇ ਘੱਟ ਜ਼ਿੰਦਗੀ 'ਚ ਬੰਦਿਆਂ ਕੋਲ ਹੋ ਹੀ ਜਾਂਦੇ। ਅੱਬੂ ਜੀ ਆ ਦੱਸਿਓ ਭਲਾ, ਆ ਜਿਹੜੀਆਂ ਔਰਤਾਂ ਆਪਣੇ ਬੰਦਿਆਂ ਦੀਆਂ ਗੱਲਾਂ 'ਤੇ ਪਰਦੇ ਪਾਉਂਦੀਆਂ ਨੇ, ਉਹਨਾਂ ਦਾ ਰੁਤਬਾ ਕੀ ਹੈ? ਉਹ ਪੁੱਤਰ, ਉਹ ਜਨਤੀ ਔਰਤਾਂ ਹੁੰਦੀਆਂ ਨੇ। ਸੁਣ ਲਾ, ਮੈਂ ਤੈਨੂੰ ਕਹਿੰਦਾ ਨਹੀਂ ਸੀ ਤੂੰ ਜਨਤੀ ਹੈ, ਝੂਠੀਏ, ਬਹਿ ਜਾ। ਅੱਬਾ ਜੀ ਮੇਰੀ ਗੱਲ ਸੁਣੋ, ਮੇਰੇ ਅੱਬੇ ਨੇ ਮੰਜੀਆਂ ਮੈਨੂੰ ਸੌਣ ਲਈ ਦਿੱਤੀਆਂ ਸੀ ਕਿ ਕਿਸੇ ਹੋਰ ਲਈ ਦਿੱਤੀਆਂ ਸੀ, ਨਾਲੇ ਪਰਾਉਣਾ ਇੱਕ ਦਿਨ ਦਾ ਹੁੰਦਾ, ਦੋ ਦਿਨ ਦਾ ਹੁੰਦਾ, 6-6 ਮਹੀਨੇ ਦਾ ਕੋਈ ਪਰਾਉਣਾ ਨਹੀਂ ਹੁੰਦਾ। ਸੁਣਿਆ ਨੀ ਤੁਸੀਂ, ਸਹੁਰੇ ਘਰ ਜਵਾਈ ਕੁੱਤਾ ਹੁੰਦਾ। ਉਹ ਤੌਬਾ ਕਰ, ਤੌਬਾ ਕਰ, ਉਹ ਉਹਨੂੰ ਕੁੱਤਾ ਕਹਿਣ ਨਹੀਂ ਆ, ਉਹ ਸਾਨੂੰ ਸਮਝਦਾ ਕੀ ਕੁੱਤੇ। ਉਹ ਝੂਠੀਏ ਜ਼ਮਾਨੇ ਦੀਏ, ਉਹ ਤੇਰਾ ਬੇੜਾ ਗਰਕ ਹੋ ਜਾਣਾ, ਤੇਰੀ ਜਾਨ ਤੜਫ ਤੜਫ ਕੇ ਨਿਕਲਣੀ ਹੈ। ਅੱਬਾ ਜੀ ਆ ਵੇਖੋ, ਤੁਸੀਂ ਵੀ ਕੋਈ ਸਾਡੇ ਬੰਦੇ ਹੱਥਾਂ ਦੀ ਲਾਜ ਰਾਹ ਲਓ, ਉਹ ਉਹਨੂੰ ਇਸ ਘਰੋਂ ਕੱਢ ਦਿਓ। ਐ ਮੈਂ ਕਰਿਆਨੇ ਵਾਲਾ, ਮੈਂ ਬਾਹਰ ਗਲੀ 'ਚ ਫਿਰਨ ਡਿਆ, ਮੇਰੇ ਕੋਲ ਆਇਆ ਪੂਰਾ 3700 ਰੁਪਈਆ ਲੈ ਕੇ ਗਿਆ ਜੇ ਮੇਰੇ ਕੋਲੋਂ। ਮੈਂ ਉਹਨੂੰ ਕਿਹਾ ਕਾਹਦਾ, ਤੇ ਕਹਿੰਦਾ ਤੁਹਾਡਾ ਭਣਵਈਆ ਕਦੀ ਫੁੱਲੀਆਂ ਲੈ ਜਾਂਦਾ ਮਿੱਠੀਆਂ, ਕਦੀ ਲੂਣੀਆਂ, ਕਦੀ ਉਹਦੇ ਕੋਲ ਚਣੇ ਖਾਣ ਲੱਗ ਪੈਂਦਾ, ਕਦੀ ਬਿਸਕੁਟ ਖਾਣ ਲੱਗ ਪੈਂਦਾ। ਮੈਨੂੰ ਇਹ ਦੱਸੋ, ਤੁਸੀਂ ਜਵਾਈ ਲਿਆ ਕੇ ਬਾਂਦਰ ਲਿਆ? ਆ ਹੁਣ ਵੀ ਜਦੋਂ ਆਏਗਾ ਨਾ ਘਰ, ਉਹਦੀਆਂ ਜੇਬਾਂ ਫੋਲ ਕੇ ਵੇਖ ਲਿਓ, ਕਿਸੇ 'ਚੋਂ ਭੋਰ ਝੋਰ ਨਿਕਲੇਗਾ ਤੇ ਕਿਸੇ 'ਚੋਂ ਮਿੱਠੀਆਂ ਫੁੱਲੀਆਂ। ਓ ਯਾਰ, ਗੱਲ ਤੇ ਤੇਰੀ ਸਹੀ ਆ, ਮੈਂ ਵੀ ਇਸ ਘਰ ਦੇ ਵਿੱਚ ਜੋ ਕੁਛ ਹੋ ਰਿਹਾ ਵੇਖ ਰਿਹਾ ਵਾਂ, ਮੈਂ ਕੋਈ ਅੰਨਾ ਨਹੀਂ, ਲੇਕਿਨ ਹੁਣ ਉਹ ਜੁਆਈ ਆ, ਉਹਨੂੰ ਕੀ ਕਰੀਏ? ਕੋਈ ਇਹੋ ਜਿਹਾ ਤਰੀਕਾ ਅਪਣਾਓ ਵੀ ਸੱਪ ਵੀ ਮਰ ਜਾਏ ਤੇ ਡਾਂਗ ਵੀ ਨਾ ਟੁੱਟੇ। ਓਏ ਅੱਬਾ ਜੀ, ਮਸ਼ਵਰਾ ਇਹਦੇ ਕੋਲੋਂ ਲਵੋ, ਇਹ ਸ਼ੈਤਾਨ ਦੇ ਸਕੇ ਮਾਮੇ ਦੀ ਧੀ ਆ। ਆ ਝੂਠੀ, ਦੱਸ ਝੂਠੀਏ ਜ਼ਮਾਨੇ ਦੀ ਏ। ਆ ਮੇਰੇ ਤੇ ਰੋਹ ਪਾਉਣ ਤੋਂ ਪਹਿਲੇ ਨਾ ਜ਼ਰਾ ਸੋਚ ਲਿਆ ਕਰ, ਐਡਾ ਤੂੰ ਮਰਦ। ਓਏ ਅੱਬਾ ਜੀ, ਇਹਦੀ ਕਿਸੇ ਗੱਲ 'ਤੇ ਨਾ ਜਾਏ, ਮੇਰੇ ਤੋਂ ਬਾਅਦ ਵੀ ਤੁਹਾਡੇ ਨਾਲ ਕੋਈ ਗੱਲ ਕਰੇ ਨਾ,
ਤੇ ਇਹਦੀ ਕਿਸੇ ਗੱਲ ਦੇ ਪਿੱਛੇ ਨਾ ਲੱਗਿਓ, ਇਹ ਝੂਠੀ ਜੇ ਜ਼ਮਾਨੇ ਦੀ ਝੂਠੀ ਆ ਝੂਠੀਏ। ਓਏ ਤੁਸੀਂ ਕੋਈ ਆਪਣਾ ਖੱਪ ਖਾਨਾ ਬੰਦ ਕਰੋਗੇ ਤੇ ਫੇਰ ਹੀ ਮੈਂ ਕੁਛ ਸੋਚਾਂਗਾ। ਇੱਧਰ ਆ ਗੱਲ ਸੁਣ। ਹਾਂਜੀ। ਜਿੱਥੇ ਦੁਰਮਟ ਬਦਮਾਸ਼ ਆ ਜਾਵੇ ਉੱਥੇ 5 ਮਿੰਟਾਂ ਬਾਅਦ ਐਂਬੂਲੈਂਸਾਂ ਹੀ ਐਂਬੂਲੈਂਸਾਂ ਹੋ ਜਾਂਦੀਆਂ ਨੇ। ਓ ਮਿਊਜ਼ਿਕ ਬੰਦ ਕਰ, 100 ਵਾਲੀ ਚੌਕ ਬਾਰ ਦੇ ਲਿਆ। ਓਏ ਤੂੰ ਦੁਰਮਟ ਬਦਮਾਸ਼ ਨੂੰ ਕੁਲਫੀ ਵਾਲਾ ਸਮਝ ਲਿਆ? ਹਾਂਜੀ। ਓਏ ਥੱਲੇ ਕਰ ਉਹ ਪਿਸਤੌਲ, ਉਹ ਬੇਵਕੂਫਾ ਹੈ ਤੇ ਤੇਰਾ ਭਰਾ ਹੈ, ਪੰਗਾ ਤੇ ਤੇਰਾ ਹਲੇ ਅੱਗੇ ਪੈਣਾ। ਓ ਯਾਰ ਆਪਣਾ ਜਵਾਈ ਹੈ, ਮਕਲਾਵਾ ਲੈਣ ਆਇਆ ਤੇ 6 ਮਹੀਨੇ ਹੋ ਗਏ ਇੱਥੇ ਟਿਕ ਗਿਆ। ਕੋਈ ਉਹਨੂੰ ਕੋਈ ਦਬਕਾ ਛਬਕਾ ਲਾ ਕਿ ਸਾਡੇ ਘਰੋਂ ਚਲਾ ਜਾਏ, ਸਾਡੇ ਘਰ ਸੁੱਖ ਹੋ ਜਾਏ। ਚਾਚਾ ਤੂੰ ਟੈਨਸ਼ਨ ਹੀ ਨਾ ਲੈ, ਇਹੋ ਜਿਹੀ ਅੱਖ ਦੀ ਘੂਰੀ ਪਾਵਾਂਗਾ ਕਿ ਆਹ ਤਾਂ ਪਿੰਡ ਹੀ ਜਾ ਕੇ ਸਾਹ ਲਵੇਗਾ। ਨਹੀਂ ਇਹ ਘੂਰੀ ਖੱਬੀ ਅੱਖ ਨਾ ਪਾਓਗੇ ਜੇ ਸੱਜੀ ਨਾ। ਮੇਰੇ ਕਹਿਣ ਦਾ ਮਤਲਬ ਭਾਅ ਜੀ ਇਹ ਸੀਗਾ ਕਿ ਖੱਬੀ ਅੱਖ ਤੁਹਾਡੀ ਠੀਕ ਨਹੀਂ, ਉਰਲੀ ਨਾ ਘੂਰੀ ਪਾਇਓ ਅਤੇ ਨਾਲੇ ਜ਼ਰਾ ਥੋੜ੍ਹੀ ਪਾਇਓ, ਪਿੰਡ ਬਹੁਤ ਦੂਰ ਆ, ਰਾਜ ਸਾਹ ਸੂਹ ਲੈ ਲਏਗਾ। ਅੱਬਾ ਬੜਾ ਝੂਠਾ ਹੀ ਇਹ ਵੀ ਤੇਰੀ ਨੌਂ ਅੰਗਰ। ਉਹ ਬੁਲਾ ਮੁੰਡਿਆ ਆਪਣੇ ਭਣਵਈਏ ਨੂੰ। ਮੈਂ ਕਿਹਾ ਭਾਅ ਜੀ, ਉਹ ਜੀਜੂ, ਮੈਂ ਕਿਹਾ ਜੀਜੂ ਖੈਰ ਮੇਰਾ ਯਾਰ ਸੀਤਾ ਆਖਰੀ ਰਹਿ ਗਿਆ। ਜੂਸ ਪੀਂਦਾ ਨਾ ਇਹਦਾ, ਹੁਣ ਹੋਰ ਹੀ ਲਿਆ ਕੇ ਪੀਆਂਗਾ ਜੂਸ। ਨਹੀਂ ਓਕੇ ਹੋ ਗਿਆ, ਆਖਰੀ ਸੀਗਾ। ਆਹੋ ਤੁਹਾਡਾ ਜਵਾਈ ਜਿਹਨੂੰ ਮਾਰਨ ਵਾਸਤੇ ਮੈਨੂੰ ਬੁਲਾਇਆ ਸੀ। ਇਹ ਸਾਡਾ ਜਵਾਈ ਆ, ਬਹੁਤ ਅੱਛਾ ਬੰਦਾ ਹੈ। ਇਹ ਨੂੰ ਅੱਖ ਦੀ ਘੂਰੀ ਨਾਲ ਇਹਨੇ ਪਿੰਡ ਛੱਡ ਗਿਆ ਨਾ ਸੀ। ਨਹੀਂ ਇਹ ਸਾਡਾ ਜਵਾਈ ਭਾਈ ਆ। ਐ ਤੇ ਮੈਂ ਭਾਜੀ ਨੂੰ ਰਾਤੀ 3 ਕਿਲੋ ਆੜੂ ਲਿਆ ਕੇ ਦਿੱਤੇ, ਮੈਂ ਕਿਹਾ ਖਾਓ। ਹਾਂਜੀ ਹਾਂਜੀ, ਜਿਸ ਤਰ੍ਹਾਂ ਤੂੰ ਇਹਦਾ ਵਾਕਫ ਆ ਤੇ ਇਹ ਸਾਡਾ ਜਵਾਈ ਆ। ਬੜੀ ਹਿੰਮਤ ਕਰਦੇ ਮੇਰੀ ਤੇ ਬੜੀ ਹਿੰਮਤ ਕਰਦੇ ਆ, ਬੜੀ ਕਰਨ ਕੌਣ ਲਿਆਉਂਦਾ ਆਪਣੇ ਰਾਤੀ 3 ਕਿਲੋ ਲਿਆ ਕੇ ਤੇ ਆਪਾਂ ਘੜਮ ਕਰ ਗਏ ਸਾਰੇ। ਰੋ ਪਿਓ ਨਾ ਤੈਨੂੰ ਮੈਂ। ਅੱਛਾ ਕਿੰਨੂ ਪਾ ਕੇ? ਅਦਰਕ ਪਾ ਕੇ ਠੀਕ ਹੈ ਸਦਾਦਾ ਜੀ? ਆਉਣਾ ਮੈਂ, ਮੇਰਾ ਯਾਰ ਆ, ਰੋ ਪਿਆ ਕੇ ਆਉਣਾ। ਇਹਨਾਂ ਨੇ ਨਾ ਹਾਜ਼ਮਾ ਬਹੁਤ ਅੱਛਾ ਹੋ ਗਿਆ ਮੇਰਾ। ਤੁਸੀਂ ਏਦਾਂ ਕਰ, ਤੂੰ ਏਦਾਂ ਕਰ, ਭੱਜ ਕੇ ਨਾ 2 ਕਿਲੋ ਛੋਟਾ ਗੋਸ਼ ਫੜ ਲਿਆ,
ਤੇ ਜੇ ਆਪ ਖਾਣਾ ਹੋਵੇ ਤਾਂ ਆਪਣੇ ਵਾਸਤੇ ਅਲੱਗਾ ਲੈ ਆਈਓ ਤੇ ਉਹ ਸੁੱਕਾ ਸੁੱਕਾ ਭੁੰਨੇ। ਗੱਲ ਸੁਣੋ ਮੇਰੀ ਏ, ਜੇ ਤੁਸੀਂ ਆਪਦੇ ਜਵਾਈ ਨੂੰ ਘਰੋਂ ਕੱਢਣ ਦੀ ਕੋਸ਼ਿਸ਼ ਕੀਤੀ ਤੇ ਗੋਲੀਆਂ ਇੰਨਾ ਮਾਰਾਂਗਾ, ਇੰਨੀਆਂ ਗੋਲੀਆਂ ਮਾਰਾਂਗਾ ਕਿ ਤੁਸੀਂ ਸਾਹ ਵੀ ਨਹੀਂ ਕਰ ਸਕੋਗੇ। ਓਏ ਇਹਨੂੰ ਐਕਟਿੰਗ ਦਾ ਸ਼ੌਕ ਆ ਭਾਜੀ, ਥੋੜਾ ਜੀਜੂਆ ਥੋੜਾ ਜਿਹਾ ਤਾਂ ਦੇ ਦੇ। ਦੋ ਕਿਲੋ ਇਕੱਲੇ ਮੇਰੇ ਵਾਸਤੇ ਲੈ ਕੇ ਆਉਣਾ। ਓਏ ਆ ਕੀ ਹੋ ਗਿਆ, ਇਹ ਤਾਂ ਸਾਰੀ ਸਕੀਮ ਹੀ ਫੇਲ ਹੋ ਗਈ। ਸਕੀਮ ਫੇਲ ਹੋ ਗਈ ਅੱਬਾ, ਮੈਂ ਰਾਤੀ 3 ਕਿਲੋ ਆੜੂ ਲਿਆਇਆ, ਉਹ ਖਤਮ ਕਰ ਗਿਆ। ਅੱਛਾ, ਉੱਤੋਂ ਜਾਣ ਲੱਗਾ ਆਰਡਰ, ਵੇਖ ਕੀ ਲਾ ਕੇ ਗਿਆ। ਓਏ 2 ਕਿਲੋ, ਓਏ 2 ਕਿਲੋ ਗੋਸ਼ਤ ਲਿਆ ਕੇ ਭੁੰਨੀ ਲਾ। ਸਵੇਰੇ ਇੱਕ ਨਿਹਾਰੀ ਦਾ ਪਿਆਲਾ, ਅੱਛਾ ਇੱਕ ਪਾਵਿਆਂ ਦਾ ਪਿਆਲਾ, ਨਾਲ ਚਣਿਆਂ ਦਾ ਪਿਆਲਾ ਤੇ 7 ਨਾਨ ਖਾ ਗਏ। ਅੱਛਾ, ਉੱਤੋਂ ਮੈਨੂੰ ਕਹਿੰਦਾ ਮਿੱਠੇ ਲੂਣੇ ਚੌਲਾਂ ਤੇ ਚਣੇ ਪਵਾ ਕੇ ਲਿਆ। ਉਹ ਪਲੇਟ ਖਾ ਕੇ ਤੇ ਮੁੜ ਕੇ ਕਹਿੰਦਾ ਲੱਸੀ ਦਾ ਜੱਗ ਲਿਆ, ਉੱਤੇ ਮਲਾਈ ਹੋਣੀ ਚਾਹੀਦੀ ਆ। ਓਏ ਕੀ ਦੱਸਣ ਡਿਆ, ਉਹ ਤੇਰੀ ਮਾਂ ਨੇ ਮੇਰੇ ਵਾਸਤੇ ਪੰਜੀਰੀ ਬਣਾਈ ਸੀ ਪਿੰਨੀਆਂ, ਉਹ ਰੋਜ਼ ਇੱਕ ਖਾਈਦੀ ਆ, 6-7 ਖਾ ਜਾਂਦਾ ਇੱਕ ਟਾਈਮ 'ਚ। ਓਏ ਅੱਬਾ ਪੜਵਈਆ ਕੇ ਖੋਤਾ, ਨਾਲੇ ਇਹ ਤੇ ਇੰਜ ਇੱਥੇ ਆਇਆ ਸਹੁਰਿਆਂ ਦੇ ਨਹੀਂ, ਇਹ ਸਹੁਰਾ ਹੋਸਪਿਟਲ 'ਚ ਫਿਰ ਰਿਹਾ, ਫਰੂਟ ਵੀ ਖਾ ਰਿਹਾ, ਨਿੱਕਾ ਗੋਸ਼ਤ ਵੀ ਖਾ ਰਿਹਾ। ਓਏ ਹੁਣ ਮੈਨੂੰ ਇਹ ਦੱਸ ਵੀ ਹੁਣ ਇਹਨੂੰ ਇਸ ਘਰ 'ਚੋਂ ਕੱਢਣਾ ਕਿੱਦਾਂ? ਝੂਠਾ ਜ਼ਮਾਨੇ ਦਾ, ਹੁਣ ਮੈਂ ਤੈਨੂੰ ਦੱਸਦਾ ਕਿੱਦਾਂ ਕੱਢਣਾ। ਕੰਨ ਉਰੇ ਕਰ। ਅੱਛਾ ਇਹ ਠੀਕ ਏ। ਉਹ ਮੈਂ ਤੇ ਅਜੇ ਕੁਛ ਕਿਹਾ ਹੀ ਨਹੀਂ। ਉਹ ਤੋਬਾ ਅੱਬਾ ਤੂੰ ਵੀ ਬੜਾ ਝੂਠਾ। ਉਹ ਯਾ ਅੱਲਾ ਮੈਨੂੰ ਮਾਫ ਕਰੀ, ਮੈਨੂੰ ਕਿੱਥੇ ਝੂਠਿਆਂ ਦੇ ਵਸ ਪਾਤਾ। ਓਏ ਅੱਬਾ ਤੇਰੀਆਂ ਆਖਰੀ ਰੀਲਾਂ ਚੱਲਣ ਡਈਆਂ, ਉਹ ਕੁਛ ਖੁਦਾ ਦਾ ਖੌਫ ਖਾ। ਉਹ ਝੂਠਿਆ ਜ਼ਮਾਨੇ ਦੇ ਆ, ਮੈਂ ਤੇ ਆਪਣੀ ਬੁੱਢੀ ਨੂੰ ਐਵੇਂ ਗਰੀਬਣੀ ਨੂੰ ਕਹੀ ਜਾਂਦਾ ਝੂਠਾ, ਤੂੰ ਤੇ ਉਸ ਤੋਂ ਵੀ ਵੱਡਾ ਝੂਠਾ ਹੈ ਅੱਬਾ। ਉਰੇ ਕਰ ਕੰਨ। ਖੁਦਾ ਦੀ ਕਿਸਮ ਮੈਂ ਫੇਰ ਕੁਛ ਨੀ ਕਿਹਾ। ਤੋਬਾ ਕਰ ਅੱਬਾ, ਮਾਫੀ ਯਾ ਅੱਲਾ ਮੈਨੂੰ ਮਾਫ ਕਰ ਦੇ, ਯਾ ਅੱਲਾ ਮੈਨੂੰ ਮਾਫ ਕਰ ਦੇ, ਮੈਨੂੰ ਕਿੰਨਾ ਦੇ ਘਰ ਪੈਦਾ ਕਰ ਦਿੱਤਾ ਈ। ਓਏ ਅੱਬਾ ਤੂੰ ਤਾਂ ਝੂਠ ਦੀ ਹੱਦ ਕਰ ਚੱਲੀ ਐ, ਉਰੇ ਕਰ ਕੰਨ। ਹੁਣ ਮੈਨੂੰ ਇੱਕੋ ਵਾਰੀ ਦੱਸ ਦੇ ਇਹ ਸੱਚ ਬੋਲਣਾ ਕਿੱਦਣ ਆ। ਚਲੋ ਇਸ ਤਰ੍ਹਾਂ ਕਰ ਲੋ ਭਾਈ, ਆ ਠੀਕ ਆ। ਨੋ ਨੀ ਨਕੁਰਾਨੀ ਸਮਝਿਆ ਵਾ ਮੈਨੂੰ, ਡੰਗਰਾਂ ਵਾਂਗੂ ਖਾ ਖਾ ਕੇ ਭਾਂਡੇ ਸਿੱਟੇ ਆ। ਇੱਕ ਉਹ ਬੰਦਾ ਮੇਰਾ ਜਿਹੜਾ ਡੰਗਰ ਹਰ ਵੇਲੇ ਮੈਨੂੰ ਝੂਠੀ ਝੂਠੀ ਕਹਿੰਦਾ ਰਹਿੰਦਾ ਵਾ। ਭਾਬੀ ਕਾਹਤੋਂ ਬੋਲੀ ਜਾਂਦੀ ਹੈ ਤੂੰ, ਅਸੀਂ ਕਿਹੜਾ ਇੱਥੇ ਸਾਰੀ ਜ਼ਿੰਦਗੀ ਰਹਿਣਾ। ਰਾਤੀ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਬੜੀ ਜਲਦੀ ਤੈਨੂੰ ਇੱਥੋਂ ਲੈ ਜਾਣਾ, ਮਤਲਬ ਮਾਪਿਆਂ ਦੇ ਘਰ ਤੇ ਧੀਆਂ ਸੁੱਖ ਵਾਸਤੇ ਆਉਂਦੀਆਂ, ਉੱਥੇ ਜਾ ਕੇ ਵੀ ਤਾਂ ਭਾਬੀ ਮੈਂ ਕੰਮ ਵੀ ਕਰਨਾ ਨਾ ਸਾਰੀ ਜ਼ਿੰਦਗੀ। ਸੁਬਾਹ ਦਾ ਨਾਸ਼ਤਾ ਵੀ ਅਸੀਂ ਕਰ ਲਿਆ, ਦੁਪਹਿਰ ਦੀ ਰੋਟੀ ਵੀ ਖਾ ਲਈ ਆ, ਤੇਰੀ ਹੁਣ ਅੱਖ ਖੁੱਲਣ ਦੀ ਆ, ਇਹ ਕਿਹੜਾ ਸੁੱਖ ਆ। ਆ ਬੰਦਾ ਤੇਰੇ ਨੂੰ ਹਰ ਵੇਲੇ ਭੁੱਖ ਲੱਗੀ ਰਹਿੰਦੀ, ਹਰ 10 ਮਿੰਟ ਬਾਅਦ ਕਦੀ ਕੁਛ ਖਾਣ ਨੂੰ ਮੰਗਦਾ, ਕਦੀ ਕੁਛ ਖਾਣ ਨੂੰ ਮੰਗਦਾ, ਉਹਦੇ ਅੰਦਰ ਤਾਂ ਇੰਜ ਜਿਵੇਂ ਮਜ਼ਦੂਰ ਲੱਗੇ ਹੁੰਦੇ ਆ। ਬਸ ਕਰ ਭਾਬੀ ਬਸ ਕਰ, ਮੈਨੂੰ ਜੋ ਮਰਜ਼ੀ ਕਹਿ ਲੈ, ਮੇਰੇ ਬੰਦੇ ਨੂੰ ਕੁਛ ਨਾ ਕਹਿ। ਅੱਗੇ ਹੀ ਅੱਲਾ ਅੱਲਾ ਕਰਕੇ 6 ਮਹੀਨਿਆਂ ਬਾਅਦ ਉਹ ਤੇ ਮੈਨੂੰ ਲੈਣ ਵਾਸਤੇ ਆਇਆ। 6 ਮਹੀਨੇ ਬਾਅਦ ਲੈਣ ਨਹੀਂ ਆਇਆ ਤੈਨੂੰ, 6 ਮਹੀਨੇ ਇੱਥੇ ਰਹਿੰਦੇ ਨੂੰ ਵੀ ਹੋ ਗਏ ਆ। ਜਾਓ ਜਾਨ ਛੱਡੋ, ਜਾ ਕੇ ਮਗਰੋਂ ਲੱਥੋ। ਆ ਗਈ ਭਾਬੀ, ਵੈਸੇ ਗੱਲਾਂ ਦੀਆਂ ਗੱਲਾਂ, ਤੇਰੇ ਪੱਖੇ ਨੇ ਬੜੀ ਠੰਡ ਪਾਈ। ਆਹੋ ਪਤਾ ਮੈਨੂੰ ਜਿਹੜੀ ਤੈਨੂੰ ਠੰਡ ਪਾਉਂਦਾ ਵਾ, ਤੁਹਾਡਾ ਬੇੜਾ ਗਰਕ ਜਾ, ਤੁਹਾਡਾ ਅੱਲਾ ਗਰਾ, ਤੁਹਾਨੂੰ ਕਰੰਟ ਲੱਗ ਜਾ ਇਸ ਪੱਖੇ ਨਾਲ, ਮਰ ਜਾਓ। ਕਮੇਟੀਆਂ ਪਾ ਪਾ ਕੇ ਮੈਂ ਪੱਖਾ ਲਵਾਇਆ ਸੀ, ਇਸੇ ਪੱਖੇ ਤਾਂ ਥੱਲੇ ਆ ਕੇ ਮਰ ਜਾਓ ਤੁਸੀਂ, ਸੱਤਿਆ ਨਾਸ ਹੋ ਜਾਵੇ ਤੁਹਾਡਾ। ਇੱਕ ਆ ਡੰਗਰ ਨਖੱਟੂ ਪੱਲੇ ਪਾਤਾ ਮੇਰੇ, ਜਿਹੜਾ ਮੇਰੀ ਸਾਹ ਨਹੀਂ ਲੈਂਦਾ, ਹਰ ਵੇਲੇ ਮੈਨੂੰ ਝੂਠੀ ਝੂਠੀ ਕਹਿੰਦਾ ਰਹਿੰਦਾ। ਇੱਧਰ ਆ ਜਾਓ ਜੀ, ਤੁਹਾਡੇ ਕੋਲ ਭੂੰਡਾ ਦੇ ਖੱਖਰ ਨਹੀਂ ਲਵਾਉਣੇ, ਬੰਦਾ ਕਢਾਉਣਾ, ਇੱਧਰ ਆਓ ਬੈਠੇ ਸਰ, ਤਸ਼ਰੀਫ ਰੱਖੇ।
ਇਹ ਅੱਬਾ ਜੀ ਮੇਰੇ ਦੋਸਤ ਨੇ। ਅੱਛਾ, ਅਸੀਂ ਸਕੂਲੇ ਇਕੱਠੇ ਪੜ੍ਹਦੇ ਰਹੇ ਹਾਂ, ਅਸੀਂ ਸਕੂਲ ਛੱਡ ਦਿੱਤਾ ਤੇ ਇਹਨੇ ਮਿਹਨਤ ਕੀਤੀ ਆ ਤੇ ਅੱਲਾ ਨੇ ਅੱਜ ਇਹਨੂੰ ਇਹਦਾ ਫਲ ਦੇ ਦਿੱਤਾ। ਮਾਸ਼ਾਅੱਲਾ ਮਾਸ਼ਾਅੱਲਾ। ਗੱਲ 'ਚ ਸ਼ਰਾਜ਼ ਭਾਈ ਇਹ ਆ ਕਿ 6 ਮਹੀਨਿਆਂ ਤੋਂ ਨਾ ਮੇਰਾ ਬਹਿਨੋਈ ਘਰ 'ਚ ਰਹਿ ਰਿਹਾ, ਲੇਕਿਨ ਉਹ ਜਾਣ ਦਾ ਨਾਂ ਨਹੀਂ ਲੈਣ ਡਿਆ। ਉਹਨੇ ਬੜਾ ਦੁਖੀ ਕੀਤਾ ਤੇ ਜੇ ਯਾਰ ਨੇ ਔਖੇ ਟਾਈਮ ਯਾਰ ਦੇ ਕੰਮ ਨਹੀਂ ਆਉਣਾ ਤੇ ਸਾਨੂੰ ਇਸ ਤੇਰੀ ਵਰਦੀ ਦਾ ਕੀ ਫਾਇਦਾ। ਉਹਨੂੰ ਫੜ ਕੇ ਅੰਦਰ ਕਰ ਦੇ ਜਾਂ ਉਹਨੂੰ ਕੋਈ ਐਸੀ ਧਮਕੀ ਲਾ ਕੇ ਉਹ ਘਰ ਛੱਡ ਕੇ ਤੇ ਦੌੜ ਜਾਵੇ। ਤੁਸੀਂ ਟੈਨਸ਼ਨ ਹੀ ਨਾ ਲਓ, ਮੈਂ ਉੱਥੇ ਐਸੇ ਪਰਚੇ ਪਾਵਾਂਗਾ ਕਿ ਉਹ ਪੂਰੀ ਉਮਰ ਉਹਦੀ ਕਚਹਿਰੀਆਂ ਵਿੱਚ ਲੰਘੇਗੀ। ਟੈਨਸ਼ਨ ਲੈਣ ਦੀ ਜ਼ਰੂਰਤ ਹੀ ਨਹੀਂ ਹੈਗੀ ਤੁਹਾਨੂੰ ਤੇ। ਵਾਹ, ਤੁਹਾਨੂੰ ਕਿਹਾ ਸੀ ਨਾ ਅੱਬਾ ਜੀ, ਤੁਹਾਡਾ ਮੈਂ ਬਦਮਾਸ਼ ਵੇਖ ਲਿਆ, ਆ ਗਿਆ ਨਾ ਮੇਰਾ ਯਾਰ, ਠੀਕ ਹੈ ਹੁਣ ਭਣਵਈਏ ਦੀਆਂ ਇੱਥੋਂ ਨਿਕਲਣੀਆਂ ਵੇਖਿਓ। ਠੀਕ ਹੈ, ਉਹਨੂੰ ਇਹਦੇ ਮੱਥੇ ਲਾਈਏ। ਹਾਂ ਹੈਂ, ਦਿਓ ਆਵਾਜ਼ ਜ਼ਰਾ। ਉਹ ਮੈਂ ਕਿਹਾ ਪ੍ਰਾਹੁਣਿਆ, ਉਹ ਇੱਧਰ ਆ ਬਈ, ਜ਼ਰਾ ਆ ਜ਼ਰਾ ਬਾਹਰ ਅੱਜ ਬਈ। ਬਾਕੀ ਤੁਹਾਡੇ ਨਾਲ ਇਲਾਕੇ ਦੇ ਕੇਲੇ ਬੜੇ ਮਿੱਠੇ ਯਾਰ। ਓਏ ਉਹ ਖੁਦਾ ਦਾ ਖੌਫ ਖਾ, ਉਹ ਤੈਨੂੰ ਰਾਤ ਸਾਡੀ ਭੈਣ ਕਿਤੇ ਛੁਰੀਆਂ ਮਾਰਦੀ ਆ ਕਿ ਸਵੇਰੇ ਤੇਰੀ ਅੱਜ ਵੀ ਘਟ ਜਾਂਦੀ ਆ। ਉਹ ਤੂੰ ਫਰੂਟ ਹੀ ਨਹੀਂ ਖਾਣੋ ਹਟਣ ਡਿਆ, ਉਹ ਸਾਡਾ ਤੂੰ ਲਹੂ ਸਕਾਇਆ ਤੇ ਆਪ ਤਾਕਤਾਂ ਬਣਾ ਰਹੇ। ਇੰਨੇ ਮਿੱਠੇ ਕੇਲੇ ਚੁੱਤੀ ਜਾਣੇ ਮੈਂ ਜ਼ਿੰਦਗੀ, ਆਹ ਸਵੇਰ ਦੇ ਹੁਣ ਮੈਂ ਦੇਖ ਲਾ 4.5 ਦਰਜਨਾਂ ਖਾ ਲੱਗਿਆ ਬਸ। ਅੱਲੇ ਓਏ ਅੰਮੀ, ਮੈਂ ਰਾਤੀ 5 ਦਰਜਨਾਂ ਲਿਆਇਆ ਸੀ, ਵਿੱਚੋਂ 4.5 ਖਾ ਗਏ। 6 ਰੱਖੇ ਨੇ ਮੈਂ ਸ਼ਾਮ ਨੂੰ ਖਾਣੇ, ਜੇ ਕਿਸੇ ਨੇ ਹੱਥ ਲਾਇਆ ਨਾ ਉਹਨਾਂ ਕੇਲਿਆਂ ਨੂੰ ਤੁਹਾਨੂੰ ਮੈਂ ਦੱਸਣ ਡਿਆ। ਮੈਂ ਰਾਤ ਨੂੰ ਰੋਟੀ ਰੱਜ ਕੇ ਖਾ ਕੇ ਤੇ ਫਿਰ ਚਾਹ ਦੇ ਨਾਲ ਕੇਲੇ ਖਾਣੇ ਆ 6। ਤੁਹਾਨੂੰ ਆ ਜੀ ਫਰੂਟ ਦਾ ਦਹਿਸ਼ਤਗਰਦ। ਓਏ ਭਾਜੀ, ਪੁੱਤਰ ਹੈ ਆਪਣਾ ਸ਼ਰਾਜ਼ ਤੇ ਆਪਣਾ ਪੁੱਤਰ ਹੈ ਜੀ। ਇਸ ਬੱਚੇ ਨੂੰ ਮੈਂ ਬੜੇ ਜੁਦਾ ਨਾਲ ਪੁਲਿਸ 'ਚ ਭਰਤੀ ਕਰਾਇਆ, ਅੱਲਾ ਪਾ ਕੇ ਇਹਨੂੰ ਸਿਹਤ ਤੰਦਰੁਸਤੀ ਦੇਵੇ ਤੇ ਦੇਖੋ ਜਵਾਨ ਕਿੱਡਾ ਸੋਹਣਾ ਲੱਗਣ ਡਿਆ। ਬੱਚਾ ਹੈ ਆਪਣਾ, ਇਹ ਮੇਰੇ ਸਹੁਰੇ ਆ। ਅੱਛਾ, ਜ਼ਿੰਦਗੀ 'ਚ ਇਹਨਾਂ ਨੂੰ ਕੋਈ ਇਹਨਾਂ ਦਾ ਕੰਮ ਹੋਵੇ, ਮੈਂ ਤੈਨੂੰ ਫੋਨ ਕਰਾਂ ਨਾ ਕਰਾਂ, ਇਹ ਸਮਝਣਾ ਕਿ ਮੈਂ ਹੀ ਹਾਂ। ਇਹ ਮੇਰੀ ਜਾਨ ਆ, ਆ ਮੇਰਾ ਦਿਲ ਆ, ਇਹ ਸਾਡੀ ਮਾਂ ਹੋਣੀ ਨੇ ਤੇ ਆਪਣੇ ਬਹੂ ਗੋਸ਼ੇ ਜਿਹੜੇ ਨੇ ਉਹ ਅੰਦਰ ਪਏ ਨੇ ਠੰਡੇ ਪੱਖੇ ਦੇ ਥੱਲੇ। ਆ ਜਾ ਇੱਥੇ ਚਾਹ, ਇਸ ਕਿਸਮ ਦੀ ਦੁੱਧ ਪੱਤੀ ਮਿਲਦੀ ਹੈ, ਤੈਨੂੰ ਮੈਂ ਚਾਹ ਪਿਆਉਣਾ, ਨਾਲ ਆਪਾਂ ਚਾਹ ਦੇ ਕੇਲੇ ਖਾਂਦੇ ਹਾਂ। ਮੈਂ ਉਹ ਚਾਹ ਨਾਲ ਰਸ ਖਾਈ ਦੇ, ਉਹ ਤਰਤੀਬ ਹੀ ਸਿੱਧੀ ਕਰ ਲਾ। ਓਏ ਆ ਕੀ ਬਣਿਆ ਓਏ, ਉਹ ਤੂੰ ਤੇ ਕਹਿੰਦਾ ਸੀਗਾ ਪੁਲਿਸ ਵਾਲਾ ਤੇਰਾ ਕਲਾਸ ਫੈਲੋ ਆ, ਉਹ ਵੇਖ ਉਹ ਵੀ ਉਹਦਾ ਵਾਕਫ ਨਿਕਲਿਆ ਆ, ਬਾਂਹ 'ਚ ਬਾਂਹ ਪਾਈ ਹੈ ਤੇ ਉਹ ਦੋਵੇਂ ਜਣੇ ਦੁੱਧ ਪੱਤੀ ਪੀਣ ਚਲੇ ਗਏ। ਆ ਝੂਠਿਆ, ਉਹ ਚੱਲਾ ਮਾਫੀ ਤੋਬਾ, ਉਹ ਤੋਬਾ ਯਾਲਾ ਤੋਬਾ, ਝੂਠਿਆ ਉਹ ਕਿੱਥੇ ਝੂਠੇ ਦੀ ਔਲਾਦੇ, ਉਹ ਤੇਰੇ ਤੋਂ ਵੱਡਾ ਝੂਠਾ ਤਾਂ ਮੈਂ ਵੇਖਿਆ ਹੀ ਕੋਈ ਨਹੀਂ। ਅਰੇ ਮੈਂ ਤੇ ਤੈਨੂੰ ਜੰਮ ਕੇ ਪਛਤਾਨੀ ਪਈ ਆ। ਹਾਂ ਉਹ ਬੇਵਕੂਫਾ, ਭੁੱਲ ਗਿਆ ਤੂੰ, ਓਏ ਝੂਠ ਏਡਾ ਵੱਡਾ ਗੁਨਾਹ ਹੈ, ਤੋਬਾ ਤੋਬਾ ਤੋਬਾ। ਓ ਮੱਲੇ ਵਾਲਿਓ, ਓਏ ਪਿੰਡ ਵਾਲਿਓ, ਆ ਵੇਖੋ ਓ ਝੂਠਾ ਵੇਖਣਾ ਤੇ ਆਓ ਮੈਂ ਟਿਕਟ ਲਾਵਾਂ, ਆ ਵੇਖੋ ਆ ਝੂਠਾ ਇੱਕ ਵਾਰੀ ਵੇਖ ਲਓ, ਧੜ ਬੰਦੇ ਦਾ ਮੂੰਹ ਝੂਠੇ ਦਾ, ਆ ਵੇਖੋ ਤੁਹਾਡੇ ਸਾਹਮਣੇ ਓ ਤੁਹਾਡਾ ਬੇੜਾ ਤਰਜੇ, ਓ ਜ਼ਮਾਨੇ ਦੇ ਆ ਝੂਠਿਆ, ਓ ਤੈਨੂੰ ਕਬਰ ਦੇ ਅਜ਼ਾਬ ਭੁੱਲ ਗਏ, ਓ ਤੈਨੂੰ ਝੂਠ ਬੋਲਣਾ ਜ਼ਰਾ ਨਹੀਂ ਜਚੋ। ਓਏ ਅੱਬਾ ਜੀ, ਇਹ ਲਾਈਨਾਂ ਮੇਰੀਆਂ ਸੀ। ਅੱਛਾ ਜੀ, ਉੱਤੇ ਟ੍ਰੇਨ ਮੇਰੀ ਸੀ। ਤੁਹਾਨੂੰ ਪਤਾ ਹੀ ਨਹੀਂ ਹੈ ਕਿੱਡਾ ਵੱਡਾ ਬਾਬਾ ਮੇਰਾ ਵਾਕਫ ਹੈ,
ਅੱਲਾ ਦੀ ਕਸਮ ਹਾਂ, ਉਹ ਕਾਲਾ ਇਲਮ, ਨੂਰੀ ਇਲਮ, ਉਹਨੇ ਇੱਕ ਵਾਰੀ ਠਾ ਕੀਤੀ ਤੇ ਬੰਦਾ ਘਰ ਚ ਰਹਿਣਾ ਹੀ ਨਹੀਂ ਹੈ। ਤੇ ਮਾਂ ਜੀ ਫਿਰ ਉਹਨੂੰ ਬੁਲਾਓ, ਤੁਸੀਂ ਉਦੋਂ ਦਾ ਸਾਡਾ ਤਮਾਸ਼ਾ ਵੇਖਣ ਦਾ ਹੈ। ਤਮਾਸ਼ਾ ਮੈਂ ਕਾਹਦਾ ਵੇਖਣਾ, ਮੈਂ ਤੇ ਤੇਰੇ ਨੂੰ ਵੇਣੀ ਪਈਆਂ ਕਿ ਤੁਸੀਂ ਕੀ ਕਰਦੇ ਹੋ। ਉਸ ਫੇ ਬਾਬਾ ਜੀ ਨੂੰ ਬੁਲਾਓ ਛੇਤੀ। ਲੈ ਬਾਬਾ ਆਇਆ, ਲੈ ਬਾਬਾ ਦਮ ਕਰੇਗਾ ਇੱਥੇ ਨਿਕਲ ਜਾਏਗਾ ਨਾ। ਹੋਰ ਕੀ ਹੈ, ਬੁਲਾਓ ਫੇ ਬਾਬਾ ਜੀ ਨੂੰ। ਕੁੱਕੀਆਂ ਚੜੀਆਂ ਮੱਖੀਆਂ ਤੰਗ ਕਰ ਰਹੀਆਂ, ਰਾਤ ਪਹਿਰੇ ਤੇ ਰਹੇ ਨੇ, ਸੁੱਤੇ ਨੇ ਜਨਾਬ। ਸੁੱਤੇ ਨੇ, ਰੋਟੀ ਖਾ ਕੇ ਕੁੱਕੀ ਚੜ੍ਹੀ ਜਾਂਦੀ ਹੈ। 2.5 ਕਿਲੋ ਤੇ ਸਾਰਾ ਗੋਸ਼ਤ ਖਾਦਾ ਉਹਨਾਂ ਨੇ। ਓਏ ਬੇੜਾ ਗਰਕ ਜੇ 2.5 ਕਿਲੋ ਗੋਸ਼ਤ ਖਾ ਗਿਆ। ਹਾਂ, ਉਹ ਮੈਂ ਪੂਰੇ ਟੱਬਰ ਲਈ ਲਿਆਇਆ ਸੀ। ਪੂਰੇ ਟੱਬਰ ਲਈ? ਆਪਣੇ ਘਰ ਤੇ ਅੱਧੀ ਰੋਟੀ ਵਿਚਾਰਾ ਖਾਂਦਾ ਸੀ, ਇੱਥੇ ਆ ਕੇ ਰੱਜ ਕੇ ਰੋਟੀ ਖਾਂਦਾ ਹੈ। ਤੋਬਾ ਕਰ, ਤੇਰਾ ਬੇੜਾ ਗਰਕ ਹੋ ਜਾਣਾ। ਇਹ ਝੂਠੀਏ ਜ਼ਮਾਨੇ ਦੀ ਏ, ਓ ਝੂਠੀਏ। ਇਹ ਘਰ ਆਪਣੇ ਘਰ ਗਿਆ ਕਿਹੜੇ ਟਾਈਮ ਆ, ਜਿਹੜੀ ਅੱਧੀ ਰੋਟੀ ਖਾਂਦਾ, ਉਹ ਫਰੂਟ ਇਹ ਨਹੀਂ ਛੱਡਦਾ, ਰੋਟੀ ਇਹ ਨਹੀਂ ਛੱਡਦਾ, ਹੈ ਕਰਿਆਨੇ ਵਾਲੇ ਇਹਨੇ ਨਹੀਂ ਛੱਡੇ, ਮੱਲੇ ਵਾਲੇ ਇਹਨੇ ਨਹੀਂ ਛੱਡੇ। ਇਹ ਤਾਂ ਵੇਖ ਤੇ ਸਹੀ, ਏਦਾਂ ਦਾ ਬੰਦਾ ਕਿਤੇ ਪ੍ਰਾਹੁਣਾ ਜਾਵੇ ਤਾਂ 9 ਦਿਨ ਪਹਿਲੇ ਪੇੜੇ ਸ਼ੁਰੂ ਹੋ ਜਾਂਦੇ ਆ ਜੀ ਸਾਡੇ ਘਰ ਆਉਣ ਡਿਆ। ਆ ਛਿੱਕੂ ਚਾੜ, ਛਿੱਕੂ ਚਾੜ ਮੂੰਹ ਤੇ, ਕਿੰਨਾ ਖਾਧਾ ਬਾਹਰ ਆਉਣ ਨੂੰ ਫਿਰਨ ਡਿਆ, ਹੁਣ ਇਹਨੇ ਬੋਟੀਆਂ ਥੁੱਕਣੀਆਂ ਹੀ। ਰੋਲਾ ਨਾ ਪਾ, ਉੱਠ ਜਾਣਾ ਉਹਨਾਂ ਨੇ। ਹੈਂ? ਹਾਂ, ਬੜਾ ਤੈਨੂੰ ਇਹਦਾ ਖਿਆਲ ਆ, ਉੱਠ ਜਾਣਾ ਇਹਨਾਂ ਨੇ। ਦੋ ਮਰਦਾਂ ਨੇ ਤੇ ਸੀ ਇਸ ਮਹੀਨੇ ਚ ਆਟੇ ਗੁੰਨ ਗੁੰਨ ਮੈਂ ਥੱਕ ਗਈ, ਇੰਨੀਆਂ ਰੋਟੀਆਂ ਖਾਂਦਾ, ਸਾਡੇ ਹਿੱਸੇ ਦੀਆਂ ਵੀ ਰੋਟੀਆਂ ਖਾ ਜਾਂਦਾ, ਤੇ ਲੇਕਿਨ ਦੀ ਵਿਚਾਰਾ ਅੱਧੀ ਰੋਟੀ ਖਾਂਦਾ। ਬਿਸਮਿਲ੍ਲਾ ਕਰਾਂ ਮੈਂ। ਹਾਏ ਬਿਸਮਿਲ੍ਲਾ ਕਰਾਂ, ਵੱਡਾ ਮੁੰਡਾ ਤੇਰਾ। ਆਹੋ ਪਾਲਾ ਪਾਲਾ ਨੂੰ ਗੋਦੀ ਚ, ਪਾਲਾ ਗੋਦੀ ਚ, ਮੂੰਹ ਨੂੰ ਬੋਟੀ ਲਾ। ਉਹ ਤਾਂ ਕਿਤੇ ਹਾਂਡੀ ਚ ਕੱਢ ਗਈ ਕੋਈ ਰਹਿ ਗਈ ਨਾ, ਇਹਦੇ ਮੂੰਹ ਚ ਬੋਟੀ ਦੇ, ਕਿਤੇ ਸਕੂਨ ਆਵੇ। ਦੇਖ ਉਹ ਸੁੱਤਾ ਪਿਆ ਵੀ ਕੁਛ ਨਾ ਕੁਛ ਖਾਈ ਜਾਂਦਾ। ਉਹ ਤੇਰਾ ਬੇੜਾ ਤਰਜੇ ਤੇਰਾ। ਉਹ ਮੁੰਡਿਆ, ਉਹ ਕਾਹਦੇ ਲਈ ਖਾ ਪਾਈ ਜਾਂਦਾ, ਕਿਉਂ ਉਹਦੀ ਨੀਂਦ ਖਰਾਬ ਕਰਦੇ ਹੋ? ਹਾਏ ਹੈਂ, ਉਹ ਮੇਰੀ ਗੱਲ ਸੁਣ ਕੁੜੀਏ, ਇਹ ਘਰ ਜਾਣ ਵੱਲੋਂ ਕੀ ਕਹਿੰਦਾ ਵਾ? ਅੱਬਾ ਜੀ ਹੁਣ ਸੁੱਤੇ ਆ, ਮੈਂ ਕੀ ਪੁੱਛਾਂ, ਉੱਠਣਗੇ ਤੇ ਦੱਸਾਂਗੀ ਨਾ ਕਦੋਂ ਜਾਣਾ ਹੈ, ਅਸੀਂ ਕੰਮ ਲੱਭੇਗਾ ਤੇ ਜਾਵਾਂਗੇ ਅਸੀਂ। ਵਾਹ 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 ਵਾਹ, ਕੰਮ ਲੱਭੇਗਾ ਤੇ ਜਾਵਾਂਗੇ। ਉਹ ਕੰਮ ਤੇ ਲੱਭ ਗਿਆ ਇਹਨੂੰ, ਹੈ ਆ 2.5-3 ਕਿਲੋ ਗੋਸ਼ਤ ਖਾਂਦਾ, ਫਰੂਟ ਖਾਂਦਾ ਤੇ ਡਿੱਗ ਪੈਂਦਾ ਮੰਜੇ ਤੇ। ਦਾਣਿਆਂ ਦੀ ਗੱਲ ਆ, ਉਹ ਤੇ ਮੈਂ ਆਪ ਹੀ ਨੀ ਚੱਕਿਆ। ਲਾਡੀਆਂ ਵੇਖ ਕਰਦੀ, ਹੈ ਜਿਵੇਂ ਇਹਦਾ ਬੰਦਾ ਨੀ, ਇਹਦਾ ਵੱਡਾ ਮੁੰਡਾ ਵਾ। ਇਹ ਮੈਨੂੰ ਸਵੇਰੇ ਦੇ, ਮੈਂ ਸਕੂਲੇ ਦਾਖਲ ਕਰਾਵਾਂ ਇਹਨੂੰ, ਮੈਂ ਡੇਲੀ ਸਾਈਕਲ ਤੇ ਜਾ ਕੇ ਛੱਡ ਕੇ ਆਇਆ ਕਰਾਂ ਸਕੂਲੇ। ਵੈਸੇ ਤੁਹਾਡੇ ਕੋਲ ਤਾਂ ਸਾਈਕਲ ਚੱਲਣਾ ਨਹੀਂ। ਓ ਝੂਠੀਏ, ਓ ਤੇਰੇ ਬੇੜੇ ਗਰਕ ਹੋ ਜਾਣਾ ਈ, ਤੈਨੂੰ ਸਾਈਕਲ ਤੇ ਮੈਂ ਇੰਨੇ ਝੂਠੇ ਦਿੱਤੇ, ਤੇਰਾ ਥੇ ਹੋ ਜਾਣਾ ਈ। ਉਦੋਂ ਚੈਨ ਕੀ ਲੱਥ ਗਈ, ਹੁਣ ਮੇਰੇ ਕੋਲ ਸਾਈਕਲ ਨਹੀਂ ਚੱਲਦਾ। ਗੱਲਾਂ ਹੀ ਕਰੀ ਜਾਂਦੇ ਹੋ, ਹੁਣ ਦੱਸੋ ਅੱਗੇ ਕੀ ਕਰਨਾ ਵਾ? ਕਰਨਾ ਕੀ ਆ, ਉਹ ਹੁਣ ਅੰਮੀ ਦਾ ਵਾਕਫ ਆਏਗਾ ਤੇ ਦੱਸਾਂਗੇ ਕੀ ਕਰਨਾ। ਉਹ ਕਿੱਥੇ ਨੇ ਜੀ ਬਾਬਾ ਜੀ? ਹੱਕ ਜਿਹੜਾ ਬਾਬੇ ਤੇ ਕਰੇ ਸ਼ੱਕ, ਉਹਦੇ ਰਵੇ ਨਾ ਕੱਖ। ਪੜਕ 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 ਸ਼ੂਕ। ਇੱਕ ਤੇ ਇਸ ਘਰ ਚ ਜਾਦੂ ਟੂਣੇ ਨਾ ਮੁੱਕੇ, ਮੈਂ ਤੇ ਚੱਲੀ ਸੌਣ। ਹੱਕ ਜਿਹੜਾ ਬਾਬੇ ਤੇ ਕਰੇ ਸ਼ੱਕ, ਉਹਦੇ ਰਵੇ ਨਾ ਕੱਖ। ਪੜਕ 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 ਸ਼ੂਕ ਸ਼ੜਕ ਸ਼ੜਕ ਸ਼ੜਕ। ਕਿਵੇਂ ਯਾਦ ਕੀਤਾ ਦੱਸੋ? ਦੱਸੋ ਬਾਬਾ ਆ ਗਿਆ ਕਰਨੀ ਵਾਲਾ। ਅੱਛਾ, ਹਾਂ।
ਓਏ ਆ ਬਾਬਾ ਆ ਗਿਆ ਓਏ ਬਾਬਾ ਜੀ ਹਾਂਜੀ ਸਾਡੇ ਘਰ ਇਹ ਸਾਡਾ ਜੁਆਈ ਹੈ ਹਾਂ ਤੇ ਇਹ 6 ਮਹੀਨੇ ਬਾਅਦ ਮਕਲਾਵਾ ਲੈਣ ਆਇਆ ਤੇ ਹਲੇ ਤੱਕ ਇੱਥੇ ਹੀ ਹੈ ਕੋਈ ਐਸਾ ਮੰਤਰ ਕਰੋ ਕਿ ਸਾਡਾ ਘਰ ਛੱਡ ਕੇ ਆਪਣੇ ਘਰ ਚਲਾ ਜਾਏ ਸਾਡੇ ਘਰ ਤੇ ਸੁੱਖ ਹੋ ਜਾਵੇ ਤੂੰ ਘਬਰਾ ਨਾ ਬੱਚਾ ਅੱਛਾ ਐਸਾ ਮੰਤਰ ਕਰਾਂਗਾ ਤੇ ਮੇਰੇ ਮੌਕਰ ਆ ਕੇ ਇਹਨੂੰ ਚਾਰ ਪਾਈ ਸਮੇਤ ਹੀ ਇਹਦੇ ਪਿੰਡ ਵਾਪਸ ਛੱਡਾਂਗੇ ਦੇਸੀ ਤੇਲ ਦੇ ਲਾਲ ਪਕੌੜੇ ਥੋੜੇ ਜਾਏਗਾ ਮੈਂ ਕਹਾਂਗਾ ਇਹਨੂੰ ਐਸਾ ਤਾਵੀਜ਼ ਦੇਵਾਂਗਾ ਕਿ ਆਪਣੇ ਘਰ ਚਲ ਜਾਏਗਾ ਇਹ ਤਾਵੀਜ਼ ਅੱਛਾ ਜੀ ਇਹ ਤਾਵੀਜ਼ ਇਹਨੂੰ ਸ਼ਰਬਤ ਦੇ ਗਲਾਸ ਚ ਪਾ ਕੇ ਘੋਲ ਕੇ ਇਹਨੂੰ ਪਿਆ ਦੇਣਾ ਹੈ ਅੱਛਾ ਪਹਿਲੋਂ ਗੁੱਸਾ ਕਰੇਗਾ ਅੱਛਾ ਹੋ ਸਕਦਾ ਹੈ ਤੁਹਾਨੂੰ ਮਾਰੇ ਵੀ ਅੱਛਾ ਬਰਦਾਸ਼ਤ ਕਰਨਾ ਹੈ ਅੱਛਾ ਬਰਦਾਸ਼ਤ ਚਲਾ ਜਾਏਗਾ ਕਿਉਂਕਿ ਇਹਨੇ ਚਲੇ ਜਾਣਾ ਹੈ ਠੀਕ ਹੈ ਇਹਨੇ ਚਲੇ ਜਾਣਾ ਹੈ ਠੀਕ ਹੈ ਕਿਸੇ ਕਿਸਮ ਦੀ ਕੋਈ ਕੁਤਾਹੀ ਨਾ ਹੋਵੇ ਠੀਕ ਹੈ ਬਾਬਾ ਜੀ ਹਾਂ ਚਲ ਜਾਏਗਾ ਠੀਕ ਹੈ ਚਲ ਸ਼ੂਮ ਸ਼ੱਕ ਨਾ ਇੱਧਰ ਨਾ ਉੱਧਰ ਕਿਸੇ ਵੱਲ ਤੱਕ ਸਰ ਬਾਬੇ ਹਲ ਤੱਕ ਕੁਛ ਨਹੀਂ ਹੁੰਦਾ ਬਾਬਾ ਜੀ ਇਹਨਾਂ ਨੂੰ ਵੀ ਹਾਜ਼ਰੀ ਹੁੰਦੀ ਖਾਧਾ ਬਹੁਤ ਹੈ ਚਲੋ ਜਾਏਗਾ ਬਸ ਇਹ ਤਾਵੀਜ਼ ਇਹਨੂੰ ਸ਼ਰਬਤ ਘੋਲ ਕੇ ਪਿਆ ਦਿਓ ਤੁਹਾਨੂੰ ਮਾਰੇ ਵੀ ਗੁੱਸਾ ਨਾ ਕਰਿਓ ਸ਼ਰਬਤ ਕਿਹੜਾ ਦੇਣਾ ਬਾਬਾ ਜੀ ਅਸੀਂ ਫਲਾਦਾ ਨਾ ਦੇ ਦਈਏ ਅੱਗੇ ਹੀ ਬੜੀ ਤਾਕਤ ਹੈ ਇੱਚ ਤੇ ਓਹੋ ਮਿੱਠਾ 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 ਹੁਣ ਅਸੀਂ ਜਾ ਰਹੇ ਹਾਂ ਸਾਡਾ ਹਦੀਆ ਸਾਡੇ ਡੇੜੇ ਪਹੁੰਚ ਜਾਣਾ ਚਾਹੀਦਾ ਠੀਕ ਹੈ ਹਦੀਆ ਤਾਂ ਪਹੁੰਚਣਾ ਜੇ ਆਪਣੇ ਘਰ ਪਹੁੰਚਿਆ ਤੇ ਹਾਂ ਮੈਂ ਕਿਹਾ ਸੀ ਨਾ ਬੜਾ ਕਰਨੀ ਵਾਲਾ ਬਾਬਾ ਏ ਹੁਣ ਸ਼ਰਬਤ ਲਿਆਓ ਤੇ ਫਟਾਫਟ ਘੋਲ ਕੇ ਉਹਨੂੰ ਦੇਈਏ ਤੇ ਕੰਮ ਵਿਖਾਈਏ ਇਹਨੂੰ ਕੱਢੀਏ ਇੱਥੋਂ ਬਿਲਕੁਲ ਠੀਕ ਹੈ ਅਸੀਂ ਤੇ ਮਰ ਭੁੱਖੇ ਗਏ ਆ ਠੀਕ ਹੈ ਲਓ ਜੀ ਸ਼ਰਬਤ ਬਣਾ ਕੇ ਇਹਨੂੰ ਖੋਰ ਕੇ ਤੇ ਇਹਨੂੰ ਪਿਆਈਏ ਹਾਂ ਤੇ ਉਹ ਫਿਰ ਆਪਣੇ ਘਰ ਚਲਾ ਜਾਏਗਾ ਹਾਂ ਠੀਕ ਹੈ ਇਹ ਹੁਣ ਵੀ ਕੰਮ ਹੋ ਜਾਏਗਾ ਹੋਰ ਇਹਨਾਂ ਨੂੰ ਦੱਸੋ ਕਿੱਡਾ ਕਰਨੀ ਵਾਲਾ ਬਾਬਾ ਏ ਓਏ ਜਿਹੜਾ ਤਵੀਜ਼ ਦੇ ਕੇ ਗਿਆ ਨਾ ਉਹਨੂੰ ਸ਼ਰਬਤ ਚ ਖੋਰ ਕੇ ਪਿਆਉਣਾ ਤੇ ਓਕੇ ਓਏ ਅੱਬਾ ਜੀ ਉਹ ਨਾ ਵੀ ਤੁਸੀਂ ਬਾਬਾ ਬੁਲਾਉਂਦੇ ਤੇ ਅੰਮੀ ਹੁਣੀ ਅੱਲਾ ਦੀ ਰਹਿਮਤ ਨਾਲ ਫੁੱਫੀਆਂ ਅੱਜ ਤੀਕਰ ਸਾਡੀਆਂ ਛਡਾਈਆਂ ਵੇਖ ਲਓ 23 ਸਾਲ ਹੋ ਗਏ ਅਸੀਂ ਉਹਨਾਂ ਨੂੰ ਮਿਲ ਹੀ ਨਹੀਂ ਸਕੇ ਅੰਮੀ ਜਿੱਥੇ ਅੱਗ ਲਾ ਜਾਂਦੀ ਹੈ ਨਾ ਉਹ ਜੰਗਲ ਦੇ ਜੰਗਲ ਤਬਾਹ ਕਰ ਛੱਡਦੀ ਹੈ ਇੱਧਰ ਰੌਲਾ ਹੀ ਕੋਈ ਨਹੀਂ ਪੜਵਾਈ ਅੱਬਾ ਜੀ ਹਾਂਜੀ ਅੱਜ ਮੈਂ ਤਵੀਜ਼ ਘੋਲ ਲਿਆ ਅੱਛਾ ਤੇ ਭਾਜੀ ਉੱਠਦੇ ਤੋਂ ਉਹਨਾਂ ਨੂੰ ਮੈਂ ਪਿਆ ਦੇਣਾ ਹੁਣ ਆਹੋ ਉਹ ਉੱਠੇ ਤੇ ਉਹਨੂੰ ਪਿਲਾ ਦੇ ਪਿਆ ਦੇ ਕਿਤੇ ਅਸੀਂ ਵੀ ਸੁੱਖ ਨਾਲ ਇਸ ਘਰ ਦੇ ਵਿੱਚ ਬਹਿ ਕੇ ਪਾਣੀ ਪੀ ਆ ਜਾ ਵਾਹ ਅੱਜ ਨੀਂਦ ਬਹੁਤ ਸੋਹਣੀ ਆਈ ਹੈ ਨਾ ਭਾਜੀ ਆ ਤੁਹਾਡੇ ਲਈ ਮੈਂ ਸ਼ਰਬਤ ਲਈ ਇਹਨਾਂ ਲਈ ਮੈਂ ਸਾਰਿਆਂ ਲਈ ਪਾਣੀ ਬਣਾਇਆ ਸੀ ਪੀਣ ਲਈ ਤੇ ਮੈਂ ਕਿਹਾ ਮੈਂ ਆਪਣੇ ਭਰਾ ਨੂੰ ਵੀ ਪਿਆ ਦਵਾਂ ਅੱਲਾ ਖੈਰ ਹੀ ਕਰੇ ਬਈ ਅੱਜ ਤੇ ਪਤਾ ਨਹੀਂ ਸੂਰਜ ਇਧਰੋਂ ਚੜਿਆ ਕਿ ਇਧਰੋਂ ਚੜਿਆ ਵਾਹ 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 ਨਹੀਂ ਬਈ ਸ਼ਰਬਤ ਤਾਂ ਬਹੁਤ ਮਜ਼ੇਦਾਰ ਆ ਪੀਓ ਮਜ਼ੇਦਾਰ ਸੀ ਨਾ ਭਾਜੀ ਹਾਂ ਸ਼ਰਬਤ ਤਾਂ ਮਜ਼ੇਦਾਰ ਆ ਪਰ ਸ਼ਰਬਤ ਕਿਸੇ ਅਸਰ ਹੋਇਆ ਜੀ ਸ਼ਰਬਤ ਦਾ ਹਾਂ ਕੋਈ ਨਹੀਂ ਬਸ ਐਵੇਂ ਸਿਰ ਭਾਰਾ ਭਾਰਾ ਜਿਹਾ ਹਾਂ
ਨੀਂਦ ਵੀ ਪੂਰੀ ਹੋਈ ਆ। ਬਾਜ਼ੀਆਂ ਲਾਈਆਂ ਸਿਰ ਤੇ ਭਾਰਾ ਹੋਣਾ ਹੀ। ਹਾਂ ਬਈ। ਹਾਂਜੀ। ਉੱਠ ਕੇ ਖੜਾ ਹੋ। ਜੀ ਬਾਈ। ਅੱਜ ਤੋਂ ਬਾਅਦ ਹਾਂਜੀ ਮੇਰੇ ਨਾਲ ਅੱਕੜ ਨਾ ਨਹੀਂ ਰਤਨ ਮਤ। ਉਹ ਕੀ ਹੋਇਆ ਪੁੱਤ? ਦੱਸਾਂ। ਨਹੀਂ 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 ਸਾਨੂੰ ਪਹਿਲਾਂ ਹੀ ਪਤਾ, ਤੂੰ ਨਾ ਦੱਸੀ। ਹਦਰਾ ਉੱਠ ਕੇ। ਨਹੀਂ ਭਾਜੀ ਮੈਂ ਇੱਥੇ ਠੀਕ ਆ। ਇੱਥੇ ਠੀਕ ਆ। ਉੱਠ ਕੇ ਨਾ ਮੇਰੇ ਵਾਸਤੇ 5 ਕਿਲੋ ਛੋਟਾ ਗੋਸ਼ਤ ਲੈ ਕੇ ਆ। ਤੇ ਜੇ ਕਿਸੇ ਨੇ ਵਿੱਚੋਂ ਇੱਕ ਵੀ ਬੋਟੀ ਖਾਧੀ ਨਹੀਂ ਨਹੀਂ ਤੇ ਮੈਂ ਨਾ ਬਾਹ ਐ ਕਫ ਟੰਗ ਕੇ ਤੇ ਸੰਗ ਦੇ ਵਿੱਚੋਂ ਬਾਹ ਪਾ ਕੇ ਨਾ ਤੇ ਵਿੱਚੋਂ ਬੋਟੀਆਂ ਅੱਜ ਕੱਢ ਲਿਆਉਣੀਆਂ। ਠੀਕ ਆ। ਤੂੰ ਸੁਣਦੀ ਐ ਭਾਜੀ? ਮੈਂ ਤੈਨੂੰ ਦੇਖਿਆ ਤੂੰ ਭੁੰਦੀ ਭੁੰਦੀ ਅੱਧਾ ਖਾ ਜਾਂਦੀ ਆ। ਭਾਜੀ ਸਾਡੇ ਕੋਲ ਕਸਮ ਦਵਾ ਲਓ, ਜਦੋਂ ਤੇ ਤੁਸੀਂ ਆਏ ਅਸੀਂ ਗੋਸ਼ਤ ਦਾ ਜ਼ਾਇਕਾ ਵੀ ਚੱਖਿਆ ਹੋਵੇ। ਜ਼ਾਇਕਾ ਵੀ ਚੱਖਿਆ ਹੋਵੇ। ਠੀਕ ਹੈ ਠੀਕ ਹੈ। ਉਹ ਜਿੰਨਾ ਕਹਿੰਦਾ ਉਹਨਾਂ ਹੀ ਲੈ ਕੇ ਆਈ ਓਏ। 5 ਕਿਲੋ। ਅੱਛਾ ਜੀ। ਤੇ ਕੱਲੀ ਕਾਲੀ ਮਿਰਚ ਚ। ਠੀਕ ਆ। ਨਾਲ ਦਹੀਂ ਦਾ ਰਾਇਤਾ। ਅੱਛਾ ਜੀ। ਸਮਝ ਆਈ ਆ? ਠੀਕ ਹੈ ਜੀ ਠੀਕ। ਜਿੱਲੇ ਮੈਂ ਘਰ ਚ ਬੜਾ ਕਿਸੇ ਨੇ ਉੱਚੀ ਸਾਹ ਲਿਆ ਨਾ। ਹਾਂਜੀ। ਤੇ ਜਾਣ ਕਰ ਲਓ ਤੁਹਾਡੀ ਫਿਰ ਮੈਂ ਮਰ ਗਿਆ। ਆ ਝੂਠੀਏ। ਓ ਝੂਠੀਏ। ਜਨੂ ਆਨਾ ਮੈਂ ਹੈ। ਆਨਾ ਮੈਂ ਆਨਾ। ਤੂੰ ਇਦਾਂ ਕਰ, ਉਹ ਜਿਹੜਾ ਪੱਖਾ ਨਹੀਂ ਲੱਗਾ ਆ ਠੰਡੀ ਹਵਾ ਵਾਲਾ, ਉਹਦੇ ਥੱਲੇ ਨਾ ਇੰਜੋਏ ਕਰ ਦਰਾ। 5 ਕਿਲੋ ਪੂਰਾ। ਅੱਛਾ ਜੀ। ਹਾਂਜੀ। ਅੱਬਾ ਜੀ ਉਹ ਤੁਹਾਡੀ ਛੱਤ ਵਾਲਾ ਬਾਲਾ ਕਿੱਥੇ ਆ? ਮੈਂ ਪੱਖੇ ਦੀ ਤਾਂ ਭੈਣ ਕੱਢਾਂ ਅੱਜ। ਓਏ ਮਰ ਗਿਆ। ਓਏ ਇਹਦਾ ਹੱਥ ਕਿੱਡਾ ਭਾਰਾ ਅੱਬਾ। ਓਏ ਉਹ ਬਾਬਾ ਤੇ ਕਹਿੰਦਾ ਸੀਗਾ ਤਵੀਤ ਉਹਦੇ ਉੱਤੇ ਅਸਰ ਕਰ ਜਾਊਗਾ। ਓ ਝੂਠੀਏ, ਆ ਸਾਡਾ ਖਾਨਦਾਨ ਛਡਾਉਣ ਵਾਲੀਏ ਕਿੱਥੇ ਆ ਤੇਰਾ ਬਾਬਾ? ਮੇਰਾ ਬਾਬਾ ਬੜਾ ਕਰਨੀ ਵਾਲਾ, ਕਾਲਾ ਕਰਦਾ ਚਿੱਟਾ ਕਰਦਾ, ਉਹ ਪਤਾ ਨੀ ਕੀ ਬਾਬਾ ਕਰ ਗਿਆ। ਓਏ ਮੈਂ ਮਰ ਗਿਆ। ਓਏ ਇੱਧਰ ਲਈ ਆ, ਇੱਧਰ ਲਈ ਆ। ਨਹੀਂ ਨਹੀਂ ਬੜੀ ਥੋੜੀ ਲੱਗੀ ਆ। ਉਹਦੇ ਹੱਥ ਤੇ ਵੇਖ, ਉਹ ਕਿਸੇ ਹਾਥੀ ਦੇ ਬੱਚੇ ਦੇ। ਮੇਰਾ ਘਰ ਉਜਾੜ ਕੇ ਸਾਹ ਲੈਣਾ? ਉਹ ਨਹੀਂ ਪੁੱਤ, ਮੈਨੂੰ ਲੱਗਦਾ ਵੇਖੋ ਨਾ ਵੀ ਇੱਥੇ ਬਦਮਾਸ਼ ਵੀ ਕੱਖ ਨੀ ਕਰਕੇ ਗਿਆ, ਪੁਲਿਸ ਨੇ ਵੀ ਕੱਖ ਨੀ ਕੀਤਾ, ਇਹ ਬਾਬੇ ਵਾਲਾ ਕੰਮ ਵੀ ਪੁੱਠਾ ਹੀ ਪੈ ਗਿਆ। ਮੈਨੂੰ ਲੱਗਦਾ ਕੋਈ ਇਮੋਸ਼ਨਲ ਚੱਕਰ ਚਲਾਉਣਾ ਪੈਣਾ। ਏ ਅੱਬਾ ਇਹਨੂੰ ਚੱਕਰ ਸਾਡੇ ਤੇ ਆਉਂਦੇ ਆ, ਭੈਣ ਨੂੰ ਕਿੱਦਾਂ ਜਫੀਆ ਬਾਬਾ ਕਹਿਣ ਡਿਆ? ਤੁਸੀਂ ਅੰਦਰ ਚੱਲੋ, ਟਰਗੇ ਬੱਕੇ ਥੱਲੇ। ਓਏ ਇਹਨਾਂ ਗੱਲਾਂ ਨੂੰ ਛੱਡੋ, ਮੇਰੀ ਗੱਲ ਸੁਣੋ। ਆਪਾਂ ਇਸ ਤਰ੍ਹਾਂ ਕਰਦੇ ਹਾਂ, ਇਹ ਜਦੋਂ ਹੁਣ ਘਰ ਆਵੇ ਨਾ, ਅਸੀਂ ਕਹਿੰਦੇ ਹਾਂ ਤੇਰੀ ਮਾਂ ਮਰ ਗਈ ਪਿੰਡ, ਫਿਰ ਮਾਂ ਦਾ ਮੂੰਹ ਵੇਖਣ ਤੇ ਜਾਏਗਾ ਤੇ ਵੇਖ ਲਾ ਅੱਬਾ ਬਦਲੇ ਪੂਰੇ ਹੋਣ ਡਏ, ਉਹ ਆਪਣੀ ਮਾਂ ਦੇ ਬਦਲੇ ਸਾਡੀ ਨਾ ਮਾਰ ਦੇਵੇ। ਉਹ ਨਹੀਂ ਓਏ, ਉਹ ਜਦੋਂ ਮਾਂ ਦਾ ਸੁਣੇਗਾ ਤੇ ਉਹਦੇ ਦਿਲ ਦੇ ਵਿੱਚ ਮੁਹੱਬਤ ਜਾਗੇਗੀ, ਉਹ ਇੱਥੋਂ ਤਿਆਰ ਹੋ ਕੇ ਆਪਣੀ ਬੁੱਢੀ ਨੂੰ ਲੈ ਕੇ ਤੇ ਜਨਾਜ਼ੇ ਤੇ ਜਾਏਗਾ, ਉਸ ਤੋਂ ਬਾਅਦ ਇੱਥੇ ਨਹੀਂ ਆਏਗਾ। ਤੇਰੀ ਇਹਦੇ ਨਾਲ ਦੀ ਅੰਮੀ ਨੀ ਸੀ? ਹਾਂ। ਅੱਲਾ ਨੂੰ ਪਿਆਰੀ ਹੋ ਗਈ ਮੇਰੇ ਬੱਬੂ ਕੋਸ਼ੇ। ਬੱਬੂ ਜਲਦੀ ਉਹ ਮੈਂ ਭਾਜੀ ਦਾ ਛਾਪਰ ਦਵਾ, ਭਾਜੀ ਨੂੰ ਛਾਪਰ, ਭਾਜੀ ਦੇ ਕੱਪੜੇ, ਭਾਜੀ ਦੇ ਤਿਆਰੀ ਤੇ ਬੁਰਕਾ ਪਾ। ਉਹ ਇਹਨਾਂ ਦਾ ਸਮਾਨ ਕਿੱਥੇ ਆ? ਉਹ ਜਲਦੀ ਕਰ ਲੈ ਪੁੱਤ,
ਮੈਂ ਪਤਾ ਕੀ ਸੋਚਿਆ, ਮੈਂ ਕਿਹਾ ਇੱਕ ਮੇਰੀ ਮਾਂ ਸੀ, ਪਿਓ ਮੇਰੇ ਮਰੇ ਨੂੰ 30 ਸਾਲ ਹੋ ਗਏ, ਹੁਣ ਮੇਰਾ ਉੱਥੇ ਹੈ ਕੌਣ? ਠੀਕ ਹੈ, ਮੈਂ ਕਿਹਾ ਮਰਨ ਵਾਲੀ ਮਰ ਗਈ, ਆਪੇ ਦਫਨਾ ਦੇਣਗੇ। ਹੁਣ ਤਾਂ ਤੁਸੀਂ ਮੇਰੇ ਮਾਂ ਪਿਓ ਆ, ਮੈਂ ਹੁਣ ਸਾਰੀ ਜ਼ਿੰਦਗੀ ਤੁਹਾਡੇ ਕੋਲ ਹੀ ਆ।